ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੋਲ ਸਾਹਿਬ ਅ ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ। ਕੀ ਹਾਲ ਚਾਲ? ਬਸ ਜੀ, 313ਵਾਂ ਦਿਨ ਸ਼ੁਰੂ ਹੋ ਗਿਆ 2021 ਦਾ ਤੇ 52 ਹੋਰ ਦਿਨ ਬਾਕੀ ਰਹਿ ਗਏ ਨੇ ਤੇ 313ਵਾਂ ਦਿਨ ਦੇਖ ਲਓ, ਕੋਈ ਲੱਗ ਹੀ ਨਹੀਂ ਰਿਹਾ ਵੀ ਇਹ ਨਵੰਬਰ ਹੈ, ਲੱਗ ਰਿਹਾ ਵੀ ਸ਼ਾਇਦ ਆਪਾਂ ਕਿਤੇ ਮਈ ਜੂਨ ਚ ਘੁੰਮ ਰਹੇ ਹਾਂ। ਆਈ ਨੋ, ਉਸ ਲਿਹਾਜ਼ ਨਾਲ ਬੜਾ ਖੂਬਸੂਰਤ ਦਿਨ ਹੈ ਜੀ ਤੇ, ਲੇਕਿਨ ਕਿ ਠੰਡ ਤੇ ਚਲੋ ਸਰਦ ਰੁੱਤ ਵਿੱਚ ਸਰਦੀ ਪੈਣੀ ਆ, ਉਹ ਆ ਜਾਣੀ ਹੈ, ਪਰ ਹਾਲ ਦੀ ਕੜੀ ਜਿਹੋ ਜਿਹਾ ਇਹ ਖੁੱਲਾ ਮੌਸਮ ਹੈ ਉਸ ਦਾ ਆਨੰਦ ਮਾਣਿਆ ਜਾ ਸਕਦਾ। ਜੀ ਜੀ ਜੀ, ਸੋ ਬਹੁਤ ਹੀ ਖੂਬਸੂਰਤ ਅੱਜ ਮੌਸਮ ਹੈ ਜੀ, ਸੋ ਇੰਜੋਏ ਕਰੋ ਇਸ ਮੌਸਮ ਦਾ ਅੰਟਿਲ ਇਟ ਲਾਸਟ। 905-813-1320। ਜੋਲ ਸਾਹਿਬ, ਕੱਲ੍ਹ ਮੈਂ ਖਬਰ ਰਾਤ ਦੇ ਪਰੌਂਦੇ ਵਿੱਚ ਸੁਣੀ ਸੀ ਐਂਡ ਕਾਫੀ ਦੁੱਖ ਵੀ ਲੱਗਦਾ ਕਿ ਹਾਲੇ ਸਾਡੇ ਬੰਦਿਆਂ ਨੂੰ ਅਕਲ ਕਦੋਂ ਆਵੇਗੀ। 25 ਐਕਸਟ੍ਰੀਮ ਸਪੀਡਰਸ ਨੂੰ ਟਿਕਟਾਂ ਦਿੱਤੀਆਂ ਗਈਆਂ ਹੈ ਐਂਡ ਫੜੇ ਵੀ ਗਏ ਨੇ ਪੀਲ ਪੁਲਿਸ ਵੱਲੋਂ। ਜੋਰ ਲੱਗਾ ਹੁੰਦਾ ਵੀ ਕੋਈ ਇਧਰੋਂ ਕਾਰ ਚੋਰੀ ਭੱਜ ਕੇ ਉਧਰ ਨੂੰ ਹਾਈਵੇ 50 ਕ੍ਰੋਸ ਕਰ ਗਿਆ ਤੇ ਫਿਰ ਪਿੱਛਾ ਕਰਨਾ ਪੈਂਦਾ। ਇਹ ਅਜੀ ਵੀ ਇਹ ਹੁਣ ਦੇਖੋ ਵੀਕਐਂਡ ਲੰਘ ਕੇ ਗਿਆ, ਵੀ ਫਰਾਈਡੇ ਸੈਟਰਡੇ ਤੇ ਸੰਡੇ ਸੀਗਾ ਜਿਹਦੇ ਦੌਰਾਨ ਜਾਣੀ ਕਿ ਇਹ ਯੋਰਕ ਰੀਜਨਲ ਪੁਲਿਸ ਨੇ ਕੈਂਪੇਨ ਚਲਾਈ ਸੀਗੀ ਵੀ ਆਪਾਂ ਫੜਨੇ ਆ ਜਿਹੜੇ ਇਹ ਐਕਸਟ੍ਰੀਮ ਸਪੀਡਰਸ ਹਨ ਜਾਂ ਕਹਿ ਲਓ ਜਿਹੜੇ ਸਟੰਟ ਡਰਾਈਵਰਸ ਹਨ ਜੀ, ਤੇ ਉਸ ਸਿਲਸਿਲੇ ਦੇ ਵਿੱਚ ਵੀ ਜੀ ਵੀ ਉਹਨਾਂ ਨੇ ਜਾਣੀ ਕਿ ਇੱਕ ਤੇ ਇਹੋ ਜਿਹਾ ਵੀ ਕਾਬੂ ਆਇਆ ਜਿਹੜਾ ਕਿ ਵੀ ਉਹ 50 ਕਿਲੋਮੀਟਰ ਦੀ ਸਪੀਡ ਦੀ ਬਜਾਏ ਅਰਸ਼ ਵੀ ਜਾ ਰਿਹਾ ਸੀ 178 ਤੇ। ਓ ਬੱਲੇ ਬੱਲੇ ਬੱਲੇ, 178 ਹਾਂਜੀ। ਸੋ ਵੀ ਜੇ ਏਦਾਂ ਦਾ ਹਾਈਵੇ ਤੇ ਵੀ ਜਾਣੀ ਜਾਵੇ ਤੇ ਫੇਰ ਵੀ ਸਟੰਟ ਡਰਾਈਵਿੰਗ ਦਾ ਚਾਰਜ ਆ, 100 ਕਿਲੋਮੀਟਰ ਸਪੀਡ ਆ। ਤੇ ਹੁਣ ਫਿਰ ਮੌਕੇ ਤੇ ਉਹਦਾ ਤੇ ਪਹਿਲੀ ਗੱਲ ਪਈ, ਜਿਹੜਾ ਉਹ ਲਾਇਸੈਂਸ ਆ ਉਹ ਪੁਲਿਸ ਨੇ ਰੱਖਿਆ, ਗੱਡੀ ਤੇ ਉਹਨਾਂ ਨੇ ਰੱਖਣੀ ਹੁੰਦੀ ਹੈ, ਤੁਹਾਨੂੰ ਪਤਾ ਅੱਜ ਕੱਲ੍ਹ ਕਾਫੀ ਸਖਤ ਆ ਜਿਹੜੇ ਰੂਲਸ ਨੇ। ਤੇ ਹੁਣ ਜਿਹੜੇ ਰੂਲਸ ਨਹੀਂ ਨੈਚੁਰਲੀ ਫਿਰ ਫੋਲੋ ਕਰਨੇ ਤੇ ਇਸ ਤਰ੍ਹਾਂ ਦੇ ਕੰਸੀਕੁਐਂਸਿਸ ਜਿਹੜੇ ਅੱਜ ਸਾਹਮਣੇ ਆਉਂਦੇ ਆ, ਜਦੋਂ ਵੀ ਲਾਇਸੈਂਸ ਵੀ ਪੁਲਿਸ ਰੱਖ ਲਵੇ, ਗੱਡੀ ਵੀ ਪੁਲਿਸ ਰੱਖ ਲਵੇ, ਵੀ ਉਹ ਗੱਡੀ 'ਚ ਬੈਠੇ ਲੋਕਾਂ ਨੇ ਜਾਣੀ ਫਿਰ ਹੁਣ ਗਾਂਹ ਨੂੰ ਜਾਣਾ ਕਿ ਪਿੱਛੇ ਨੂੰ ਜਾਣਾ ਜਿੱਥੋਂ ਆਏ ਹੈ ਜਾਂ ਆਈਆਂ, ਵੀ ਉਹ ਇੰਤਜ਼ਾਮ ਉਹਨਾਂ ਨੂੰ ਜਾਣੀ ਆਪ ਕਰਨਾ ਪੈਂਦਾ। ਸੋ ਉਸ ਲਿਹਾਜ਼ ਨਾਲ ਬਾਕੀ ਫਿਰ ਇਹ ਸਟੰਟ ਡਰਾਈਵਿੰਗ ਦਾ ਜਿਹੜਾ ਚਾਰਜ ਆ ਜੀ ਉਹ ਕੋਰਟ ਦੇ ਵਿੱਚ ਕੇਸ ਜਾਂਦਾ, ਤੇ ਕੋਰਟ ਦੇ ਵਿੱਚ ਜਦੋਂ ਕੇਸ ਜਾਂਦਾ ਤੇ ਉੱਥੇ ਵਾਹਵਾ ਫਿਰ ਜਾਣੀ ਕਿ ਜਿਹੜੀ ਸੁਰਤਾ ਟਿਕਾਣੇ ਆਈ ਹੁੰਦੀ, ਹੱਥ ਜੇ ਜੋੜ ਕੇ ਵਕੀਲ ਨੂੰ ਮਹਿੰਗਾ ਚੈੱਕ ਲੈ ਕੇ ਤਰਲੇ ਮਿੰਟਾਂ ਤੇ ਆਮ ਬੰਦੇ ਜਿਹੜੇ ਲੋਕ ਆ ਉੱਤਰ ਆਉਂਦੇ ਨੇ, ਆਉਂਦੀਆਂ ਵੀ ਨੇ ਉਹਦੇ ਵਿੱਚ ਹੁੰਦੇ ਵੈਸੇ। ਸੋ ਉਸ ਲਿਹਾਜ਼ ਨਾਲ ਇਹ ਆ ਜੀ ਵੀ ਹੁਣ ਇਹ 25 ਜਾਣੀ ਕਿ 3 ਦਿਨਾਂ ਦੇ ਵਿੱਚ ਫੜ ਹੋਣ ਦਾ ਮਤਲਬ ਇਹ ਆ ਵੀ ਰੋਡ ਤੇ ਉਹੋ ਜਿਹੇ ਅਫਰਾ ਤਫਰੀ ਮਚਾਉਣ ਵਾਲੇ ਤੇ ਵਾਲੀਆਂ ਜਿਹੜੇ ਉਹ ਕਾਫੀ ਵੱਧ ਰਹੇ ਆ ਜੀ, ਜਿਸ ਕਰਕੇ ਕਿ ਜਾਣੀ ਲਗਾਤਾਰਤਾ ਦੇ ਨਾਲ ਪੁਲਿਸਾਂ ਨੂੰ ਲੱਗ ਰਿਹਾ ਵੀ ਹੋਰ ਵੀ ਚੌਕਸ ਹੋਣ ਦੀ ਲੋੜ ਹੈ। ਸੋ ਬੇਨਤੀ ਹੈ ਜੀ, ਹੁਣ ਤਾਂ ਚਲੋ ਮੋਟਰਸਾਈਕਲਸ ਦਾ ਆਪਣੇ ਗਰਾਜਾਂ ਦੇ ਵਿੱਚ ਬੰਦ ਹੋਣ ਵਾਲੇ ਨੇ, ਹੁਣ ਤਾਂ ਚਲੋ ਦੋ ਚੰਦ ਕੁ ਦਿਨ ਹੀ ਨੇ ਫਿਰ ਇਹ ਤਾਂ ਮੋਟਰਸਾਈਕਲ ਦਿਸੇਗੇ ਨਹੀਂ, ਬਟ ਫਿਰ ਵੀ ਐਜ਼ ਅ ਡਰਾਈਵਰ ਜਿੱਥੇ ਵੀ ਤੁਸੀਂ ਜਾਣਾ ਹੋਵੇ 10 ਮਿੰਟ ਅਰਲੀਅਰ ਨਿਕਲ ਜਾਓ ਉਸ ਆਪਣੇ ਮੰਜ਼ਿਲ ਤੱਕ ਪਹੁੰਚਣ ਲਈ, ਨਾ ਕਿ ਸਪੀਡ ਕਰੋ। ਕਿਉਂ ਜੋਲ ਸਾਹਿਬ? ਬਿਲਕੁਲ ਅਰਸ਼, ਦੇਖੋ ਵੀ ਇਹ ਤੁਸੀਂ ਮੋਟਰਸਾਈਕਲ ਦਾ ਜ਼ਿਕਰ ਕੀਤਾ, ਭਾਵੇਂ ਕਿ ਵੀ ਇਹ ਹੁਣ ਰੁੱਤ ਮੋਟਰਸਾਈਕਲਾਂ ਦੀ ਕੈਨੇਡਾ ਦੇ ਵਿੱਚ ਜਦੋਂ ਆਉਂਦੀ ਆ ਆਪਾਂ ਉਦੋਂ ਵੀ ਇਹਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ ਵੀ ਆ ਰਹੀ ਆ ਰੁੱਤ, ਹਨਾ, ਰਾਈਟ, ਤੇ ਹੁਣ ਤੁਸੀਂ ਕੱਢਣੀ ਆ ਮੋਟਰਸਾਈਕਲ ਪਰ ਜਰਾ ਕੇ ਜਾਣੀ ਕਿ ਆਪਣੀ ਜਾਨ ਬਚਾ ਕੇ, ਹਨਾ ਜੀ, ਕਿਉਂਕਿ ਫਿਰ ਵੀ ਆਪਾਂ ਦੇਖਿਆ ਵੀ ਆ ਰੁੱਤ ਦੇ ਚੱਲਦੇ ਆ ਫਿਰ ਆਪਾਂ ਨੂੰ ਉਦਾਸ ਕਰਨ ਵਾਲੀਆਂ ਖਬਰਾਂ ਸਾਂਝੀਆਂ ਕਰਨੀਆਂ ਪੈਂਦੀਆਂ ਸੀਗੀਆਂ, ਕਿੱਦਾਂ ਬਾਜੀਆਂ ਪੈ ਜਾਂਦੀਆਂ, ਤੇਜ਼ ਜਾਂਦੇ ਮੋਟਰਸਾਈਕਲ ਦੀਆਂ ਤਾਂ ਚਲੋ ਪੈਣੀਆਂ ਹੀ ਆ, ਉਹਦੇ ਉੱਤੇ ਬੈਠੇ ਨੂੰ ਕਿਹੜਾ ਬਿਲਟ ਲੱਗੀ ਆ, ਤੇ ਉਹਦੀਆਂ ਵੀ ਨਾਲ ਪੈਂਦੀਆਂ, ਪਰ ਉਹ ਪੈਂਦੀਆਂ ਜਾਣੀ ਗਿੱਚੀ ਭਾਰ ਆ, ਤੇ ਫਿਰ ਹੈਲਮਟ ਆਮ ਤੌਰ ਤੇ ਭਾਵੇਂ ਪਾਇਆ ਹੀ ਹੋਵੇ ਜਾਣੀ ਉਹ ਜਾਨ ਨਹੀਂ ਬਚਾ ਸਕਦਾ ਜਦੋਂ ਗਿੱਚੀ ਟੁੱਟ ਗਈ ਜੀ। ਸੋ ਤਦ ਕਰਕੇ ਆ ਜੀ ਵੀ ਇਹ ਹੁਣ ਦੇਖੋ ਪਰਸੋਂ ਵੀ ਜਾਣੀ ਇੱਕ ਮੋਟਰਸਾਈਕਲਿਸਟ ਦੀ GTA ਦੇ ਵਿੱਚ ਡੈਥ ਹੋਈ ਆ, ਤੇ ਰੁੱਤ ਹਜੇ ਭਾਵੇਂ ਜਾ ਰਹੀ ਆ, ਪਰ ਇਸ ਸਾਲ ਓਨਟੈਰੀਓ ਦੇ ਵਿੱਚ ਜਾਣੀ 35 ਮੋਟਰਸਾਈਕਲਿਸਟ ਲਗਭਗ ਜਿਹੜੇ ਆ ਜੀ ਵੀ ਉਹ ਵੱਖ ਵੱਖ ਐਕਸੀਡੈਂਟਸ ਦੇ ਵਿੱਚ, ਕਹਿ ਲਓ ਵੀ ਵੈਸੇ ਤਾਂ ਇਹ ਸਿੰਗਲ ਵਹੀਕਲ ਐਕਸੀਡੈਂਟ ਹੋਵੇ, ਰਾਈਟ, ਹਾਂਜੀ, ਤੇ ਗੱਡੀ ਉਹ ਮੋਟਰਸਾਈਕਲ ਲੈ ਕੇ ਜੇ ਸੜਕ ਤੋਂ ਖਦਾਨਾਂ ਦੇ ਵਿੱਚ ਪਲਟ ਗਿਆ, ਤੇ ਉਹਦੇ ਵਿੱਚ ਹੋਣ ਪਈ ਜਾਣੀ ਸਪੀਡ ਦਾ ਕਸੂਰ ਹੋ ਸਕਦਾ, ਵੀ ਉਹ ਐਕਸੀਡੈਂਟ ਦੀ ਡੈਫੀਨੇਸ਼ਨ ਨੂੰ ਕਿੰਨਾ ਕੁ ਪੂਰੀ ਕਰਨ ਵਾਲੀ ਉਹ ਘਟਨਾ ਹੈ ਇਹ ਦੇਖਣ ਵਾਲੀ ਗੱਲ ਹੁੰਦੀ ਹੈ ਜੀ। ਆਮ ਤੌਰ ਤੇ ਜਾਣੀ ਕਿ ਇਹ ਕੋਲੀਜਨਸ ਟੱਕਰਾਂ ਹੁੰਦੀਆਂ ਵੀ ਜਿਹੜੀਆਂ ਕਿ ਜੇ ਡਰਾਈਵਰਾਂ ਦੀ ਅਕਲ ਕਾਇਮ ਰਹੇ ਤਾਂ 80-85% ਨਹੀਂ ਹੋ ਸਕਦੀਆਂ,
ਸੋ ਐਕਸੀਡੈਂਟ ਨਹੀਂ, ਇਹਨਾਂ ਨੂੰ ਹਰ ਇੱਕ ਘਟਨਾ ਨੂੰ ਸਮਝਣਾ ਚਾਹੀਦਾ, ਇਸ ਬਾਰੇ ਆਪਾਂ ਖਬਰਦਾਰ ਰਹੀਏ। ਦੂਸਰੇ ਪਾਸੇ ਇਹ ਹੈ ਜੀ ਵੀ ਮੋਟਰਸਾਈਕਲਿਸਟ ਜਾਣੀ ਕਿ ਅੱਜ ਦੀ ਘੜੀ ਤੱਕ ਵੀ ਮਰਨੇ ਜਾਰੀ ਆ, ਭਾਵੇਂ ਗ੍ਰੋਥ ਹੋਣ ਜਾ ਰਹੀ ਆ। ਜੀ 905-813-1320, ਤੁਸੀਂ ਵਧੀਆ ਪਕਵਾਨ ਖਾਣਾ ਚਾਹੁੰਦੇ ਹੋ ਅਤੇ ਵਧੀਆ ਰੈਸਟੋਰੈਂਟ ਦੇ ਵਿੱਚ ਆਪਣਾ ਡਾਈਨਿੰਗ ਕਰਨਾ ਚਾਹੁੰਦੇ ਹੋ ਤਾਂ ਬ੍ਰੌਡਸ ਦੀਆਂ ਤਿੰਨੋਂ ਲੋਕੇਸ਼ਨਸ ਜਿੱਥੇ ਡਾਈਨਿੰਗ ਅਵੇਲੇਬਲ ਹੈ ਉੱਥੇ ਟੇਕ ਆਊਟ ਸਕਿਪ ਦ ਡਿਸ਼ਿਜ਼ ਊਬਰ ਈਟਸ ਡੋਰ ਡੈਸ਼ ਵਰਗੇ ਐਪਸ 'ਤੇ ਡਾਊਨਲੋਡ ਕਰਕੇ ਆਪਣੇ ਮਨਪਸੰਦ ਦਾ ਖਾਣਾ ਔਡਰ ਕਰ ਸਕਦੇ ਹੋ ਅਤੇ ਬ੍ਰੌਡਸ.com ਤੋਂ ਜਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ। ਬ੍ਰੌਡਸ 199 ਐਡਵਾਂਸ ਬੁਲੇਵਾਰਡ, 140 ਗ੍ਰੇਟ ਲੇਕ ਅਤੇ ਏਅਰਪੋਰਟ ਅਤੇ ਬੋਵੇਰ ਵਾਲੀ ਲੋਕੇਸ਼ਨ ਰਾਤ ਦੇ 2 ਵਜੇ ਤੱਕ ਤੁਹਾਡੇ ਵਾਸਤੇ ਖੁੱਲ੍ਹੀ ਹੈ ਜੀ। ਦੈਟ ਇਜ਼ ਬ੍ਰੌਡਸ 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 ਸਵੀਟਸ। ਜੋਲ ਸਾਹਿਬ, ਅਗਲੀ ਖਬਰ ਵੀ ਕਾਫ਼ੀ ਲੇਜ਼ੀਪਣਾ ਲੱਗਦਾ ਹੈ ਮੈਨੂੰ ਬੱਚਿਆਂ ਦੇ ਵਿੱਚ, ਅਨਇੰਪਲੋਇਮੈਂਟ ਰੇਟ ਬਿਟਵੀਨ ਦ ਟੀਨੇਜਰਸ ਯੂਥ ਦੇ ਵਿੱਚ ਕਾਫ਼ੀ ਘੱਟ ਹੈ ਜੀ। ਬਹੁਤ ਵਾਰ ਜ਼ਿਕਰ ਕੀਤਾ ਵੀ ਜੋ ਕੁਛ ਪਾਇਆ ਸੋ ਇੱਕ ਆ ਵਾਰ ਦੇ ਵਿੱਚ ਇਹ ਆ ਵੀ ਇਹ ਜਿੰਨੀ ਕੁ ਸਮਰੱਥਾ ਦੇ ਕੇ ਵਿਅਕਤੀਆਂ ਨੂੰ ਭੇਜਣਾ ਹੁੰਦਾ ਅਕਾਲ ਪੁਰਖ ਪਰਮਾਤਮਾ ਭੇਜਦੇ ਨੇ ਉਸ ਨੂੰ, ਲੇਕਿਨ ਕਿ ਆਪਣੀ ਸਮਝ ਦੇ ਮੁਤਾਬਕ ਜਾਣੀ ਕਿ ਉਹਨਾਂ ਨੇ ਸ਼ੇਪ ਦੇਣੀ ਹੁੰਦੀ ਹਰ ਵਿਅਕਤੀ ਨੇ, ਕਹਿਣ ਦਾ ਮਤਲਬ ਆਪਣੇ ਵਿੱਚ ਕੋਈ ਸਕਿੱਲ ਡਿਵੈਲਪ ਕਰਨੀ ਹੁੰਦੀ ਆ, ਤੇ ਜੇ ਆਪਣੇ ਵਿੱਚ ਕੋਈ ਸਕਿੱਲ ਕੋਈ ਕੰਮ ਕਰਨ ਦੀ ਲੈ ਜਾਂਦੀ ਉਸ ਵਿਅਕਤੀ ਨੂੰ ਇਸ ਧਰਤੀ ਤੇ ਕੰਮ ਦਾ ਕੋਈ ਘਾਟਾ ਕਦੀ ਹੋ ਹੀ ਨਹੀਂ ਸਕਦਾ। ਇੱਕ ਦਰਵਾਜ਼ਾ ਬੰਦ ਹੋਵੇ ਕਈ ਹੋਰ ਖੁੱਲਦੇ ਨੇ, ਸੋ ਇਸ ਕਰਕੇ ਭਾਵੇਂ ਭਾਰਤ ਪੰਜਾਬ ਹੀ ਕਿਉਂ ਨਾ ਹੋਵੇ, ਹਨਾ, ਭਾਵੇਂ ਕੋਈ ਮਤਲਬ ਮਾੜੇ ਤੋਂ ਮਾੜਾ ਇਸ ਧਰਤੀ ਦਾ ਟੁਕੜਾ ਕਿਉਂ ਨਾ ਹੋਵੇ, ਕੈਨੇਡਾ ਨਾ ਹੋਵੇ, ਅਮਰੀਕਾ ਨਾ ਹੋਵੇ, ਭਈ ਉੱਥੇ ਵੀ ਵਿਅਕਤੀ ਕਦੇ ਵੀ ਆਪਣੇ ਰੋਜ਼ਗਾਰ ਤੋਂ ਭੁੱਖਾ ਭੁੱਖੀ ਨਹੀਂ ਰਹਿ ਸਕਦੇ ਵੀ ਜੇ ਉਹਨਾਂ ਦੇ ਵਿੱਚ ਕੰਮ ਕਰਨ ਦੀ ਕੋਈ ਸਮਰੱਥਾ ਸਕਿੱਲ ਹੈਗੀ ਆ ਤਾਂ। ਤੇ ਜੇ ਜਸਟ ਕਿਤਾਬਾਂ 'ਚ ਮਾਤਾ ਹੀ ਪੜ੍ਹੀਆਂ ਵੀ ਜਾਣੀ ਕਿ ਵੀ ਬੀ ਏ ਕਰਨ ਤੋਂ ਬਾਅਦ ਬੰਦੇ ਨੂੰ ਪੁੱਛੇ ਵੀ ਤੂੰ ਕਰ ਕੀ ਸਕਦਾ, ਤੇ ਵੀ ਉੱਥੇ ਮੈਂ ਕੁਰਸੀ ਤੇ ਬਹਿ ਕੇ ਜਾਣੀ ਟਾਈ ਲਾ ਕੇ ਬਹਿ ਹੀ ਸਕਦਾ, ਵੀ ਉਹ ਤੋਂ ਬਾਅਦ ਪਤਾ ਹੀ ਨਹੀਂ ਮੈਂ ਕਰ ਕੀ ਸਕਦਾ ਜਾਂ ਕਰ ਕੀ ਸਕਦੀ ਹਾਂ। ਫਿਰ ਤਾਂ ਨੈਚੁਰਲੀ ਆ ਜੀ ਵੀ ਅਨਇੰਪਲੋਇਮੈਂਟ ਜਿਹੜੀ ਆ ਉਹ ਸਕਾਈ ਰੋਕਟਿੰਗ ਹੁੰਦੀ ਹੀ ਹੈ। ਸੋ ਤਦ ਕਰਕੇ ਇਹ ਆ ਜੀ ਵੀ ਹੁਣ ਇਹ ਪਤਾ ਲੱਗ ਰਿਹਾ ਵੀ ਨੌਜਵਾਨ ਜਿਹੜੇ 25 ਸਾਲ ਕਹਿ ਲਓ ਵੀ 20-25 ਸਾਲ ਦੇ ਵਿੱਚ 20-30 ਸਾਲ ਤੱਕ ਵੀ ਬਹੁਤ ਵਾਰ ਵੀ ਰਹਿ ਰਹੇ ਨੇ ਅਨਇੰਪਲੋਇਡ, ਖਾਸ ਤੌਰ ਤੇ ਬ੍ਰੈਂਪਟਨ ਮਿਸਿਸਾਗਾ ਕੈਲੇਟਨ ਏਰੀਆ ਦੇ ਵਿੱਚ। ਇਹ ਹੁਣ ਆਮ ਤੌਰ ਤੇ ਵੈਸੇ ਆਪਾਂ ਦੇਖ ਰਹੇ ਹਾਂ ਵੀ ਅਨਇੰਪਲੋਇਮੈਂਟ ਪਿਛਲੇ ਜਿਹੜੀ ਕੋਵਿਡ ਕਰਕੇ ਵਧੀ ਸੀ ਕੈਨੇਡਾ ਦੇ ਵਿੱਚ, ਉਹ ਸ਼ੋ ਹੌਲੀ ਹੌਲੀ ਹੁਣ ਮਤਲਬ ਉਹ ਜਿਹੜਾ ਨੰਬਰ ਆ ਉਹ ਬੈਟਰ ਹੁੰਦੇ ਜਾ ਰਹੇ ਆ, ਪਰ ਉਹ ਮੁਕਾਬਲ ਤਾਂ ਜਾਣੀ ਪੀਲ ਰੀਜਨ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਿਹੜਾ ਉਹ ਡਾਊਨ ਜਾਣਾ ਕਾਫੀ ਸਲੋ ਆ ਕੈਨੇਡਾ ਦੇ ਹੋਰ ਇਲਾਕਿਆਂ ਦੇ ਮੁਕਾਬਲੇ। ਜਿਵੇਂ ਕਿ ਆਪਾਂ ਦੇਖ ਲਈਏ ਵੀ ਉੱਧਰ ਨਿਊਫਾਊਂਡਲੈਂਡ ਵੈਸੇ ਜਿਹੜਾ ਡਬਲ ਡਿਜਿਟ ਦੇ ਵਿੱਚ ਉਹ ਦੇਖ ਰਹੇ ਨੇ ਕਿ ਅਨਇੰਪਲੋਇਮੈਂਟ ਰੇਟ ਉੱਥੇ ਜਿਹੜਾ ਜੀ ਵੀ ਕਾਫੀ ਹਾਈ ਸਮਝਿਆ ਜਾਂਦਾ 13-14% ਤੱਕ ਵੀ, ਉਹਦੇ ਮੁਕਾਬਲੇ ਤਾਂ ਜਾਣੀ ਕਿ ਵੀ ਸਾਡੇ ਇੱਥੇ ਓਨਟੈਰੀਓ ਦੇ ਵਿੱਚ ਜਿਹੜਾ ਜੀ ਵੀ ਸਟੇਬਲ ਆ ਅਨਇੰਪਲੋਇਮੈਂਟ ਰੇਟ, ਜਿਸ ਤਰ੍ਹਾਂ ਕਿ ਕੈਨੇਡਾ ਦੇ ਵਿੱਚ ਹੁਣ 6.7% ਜਿਹੜੇ ਲੋਕ ਆ ਜੀ ਵੀ ਅਨਇੰਪਲੋਇਡ ਰਹਿ ਗਏ ਆ, ਉਹਦੇ ਮੁਤਾਬਕ ਜਿਹੜਾ ਜੀ ਪਰ ਪੀਲ ਰੀਜਨ ਦੇ ਵਿੱਚ ਜਾਣੀ ਇਹ ਇਸ ਸਾਲ ਦੇ ਕਹਿ ਲਓ ਕਿ ਜੂਨ ਮਹੀਨੇ ਤੱਕ ਵੀ ਲਗਭਗ 12% ਲੋਕ ਜਿਹੜੇ ਅਨਇੰਪਲੋਇਡ ਸੀਗੇ, ਉਹਦੇ ਵਿੱਚ ਹੁਣ ਜਾਣੀ ਕਿ ਡਰੋਪ ਜਿਹੜਾ ਜੀ ਵੀ ਦੂਸਰੇ ਕੁਆਟਰ ਦੇ ਵਿੱਚ ਦੇਖਿਆ ਤੇ ਗਿਆ, ਪਰ ਅਜੇ ਵੀ ਜਾਣੀ ਕਿ ਮੈਜੋਰਟੀ ਜਿਹੜੇ ਯੂਥ ਹੈ ਨਾ ਉਹਨਾਂ ਦੇ ਵਿੱਚ ਇਹ ਅਨਇੰਪਲੋਇਡ ਰੇਟ ਜਿਹੜਾ ਕੰਪੈਰੇਟਿਵਲੀ ਇਹ ਹਾਈ ਸਮਝਿਆ ਜਾਂਦਾ, ਭਾਵੇਂ ਕਿ ਟੋਰਾਂਟੋ ਦੇ ਵਿੱਚ 8.5% ਦੇਖ ਹੁੰਦਾ ਤੇ ਦੂਸਰੇ ਪਾਸੇ ਵਿੰਡਜ਼ਰ ਦੇ ਵਿੱਚ ਕਾਫੀ ਹਾਈ ਆ 9-10% ਤੱਕ ਵੀ। ਬ੍ਰੈਂਪਟਨ ਮਿਸਿਸਾਗਾ ਦੇ ਵਿੱਚ ਆਪਾਂ ਬ੍ਰੈਂਪਟਨ ਨੂੰ ਕਹਿੰਦੇ ਵੀ ਸਲੀਪਿੰਗ ਸਿਟੀ ਆ, ਇੱਥੇ ਕੋਈ ਇੰਪਲੋਇਮੈਂਟ ਦੀ ਬਹੁਤੇ ਅਪਰਚੁਨਿਟੀਜ਼ ਨਹੀਂ ਹੈਗੀਆਂ, ਲੋਕਾਂ ਨੂੰ ਸੌਣ ਇੱਥੇ ਆਉਣਾ ਪੈਂਦਾ ਤੇ ਕੰਮ ਕਰਨ ਬਾਹਰ ਜਾਣਾ ਪੈਂਦਾ, ਉਹਨਾਂ ਚੱਲੀ ਆ ਫਿਰ ਉਹ ਜਿਹੜੀ ਫੈਮਿਲੀਜ਼ ਆ ਉਹਨਾਂ ਦੇ ਜਿਹੜੇ ਕਿਡਸ ਆ ਉਹ ਪੜ੍ਹ ਲਿਖ ਵੀ ਜਾਣ ਤੇ ਉਹਨਾਂ ਨੂੰ ਜਿਹੜਾ ਜੋਬਸ ਬ੍ਰੈਂਪਟਨ ਦੇ ਵਿੱਚ ਲੈਣ ਦੇ ਵਿੱਚ ਮੁਸ਼ਕਲਾਂ ਤੇ ਆਉਣੀਆਂ ਹੀ ਆ, ਪਰ ਉਹ ਕਿਡਸ ਜਾਣੀ ਕਿ ਮੁਕਾਬਲਤਨ ਕਾਫੀ ਸਕਸੈਸਫੁਲ ਆਪਣੀ ਲਾਈਫ ਦੇ ਵਿੱਚ ਰਹਿੰਦੇ ਆ, ਜਿਹੜੇ ਕਿ ਜਮਾਤਾਂ ਪੜ੍ਹਨ ਦੇ ਨਾਲ ਨਾਲ ਜਾਣੀ ਕਿ ਆਪਣੇ ਵਿੱਚ ਕੋਈ ਕੰਮ ਕਰਨ ਦੀ ਸਮਰੱਥਾ ਕੋਈ ਸਕਿੱਲ ਜਿਹੜੀ ਆ ਉਹ ਡਿਵੈਲਪ ਕਰ ਲੈਣ ਤੇ ਉਹਨਾਂ ਦੀ ਰੋਜ਼ਗਾਰ ਮਾਰਕੀਟ ਦੇ ਵਿੱਚ ਆਪਣੇ ਆਪ ਜਿਹੜੀ ਆ ਉਹ ਡਿਮਾਂਡ ਵਧਣੀ ਸ਼ੁਰੂ ਹੋ ਜਾਂਦੀ ਆ। ਜਾਣੀ ਕੋਈ ਕੰਮ ਕਿਸੇ ਨੂੰ ਕੋਈ ਕਰਨਾ ਆਉਂਦਾ ਹੋਵੇ, ਅਰਸ਼ ਦੇ ਲੋਕ ਉਹਨੂੰ ਲੱਭਦੇ ਫਿਰਦੇ ਹੁੰਦੇ ਆ, ਨਾ ਕਿ ਉਹ ਬੰਦੇ ਨੂੰ ਕੰਮ ਲੱਭਣਾ ਪੈਂਦਾ। ਦੂਸਰੇ ਪਾਸੇ ਜੇ ਤੁਸੀਂ ਕਰੀ ਕੁਛ ਨਹੀਂ ਸਕਦੇ ਤੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਉੱਥੇ ਰੈਜ਼ਮੇ ਭੇਜ, ਇੱਥੇ ਰੈਜ਼ਮੇ ਭੇਜ ਤੇ ਪੁੱਛਦਾ ਕੋਈ ਨਹੀਂ। ਉਸ ਕਰਕੇ ਇਹ ਆ ਜੀ ਵੀ ਜਾਣੀ ਬੈਟਰ ਅਪਰਚੁਨਿਟੀਜ਼ ਲੈਣੀਆਂ ਇੰਪਲੋਇਮੈਂਟ ਮਾਰਕੀਟ ਦੇ ਵਿੱਚ ਤੇ ਸਕਿੱਲਡ ਹੋਣਾ ਜਿਹੜਾ ਜੀ ਬਹੁਤ ਜ਼ਰੂਰੀ ਹੈ। ਆਓ ਫਿਰ ਜੋਲ ਸਾਹਿਬ ਕਰੀਏ ਇੱਕ ਉਹ ਪੰਜਾਬੀ ਮੁੰਡੇ ਦੀ ਜਿਸਨੇ ਇੱਕ ਵਾਰੀ ਫਿਰ ਤੋਂ ਨਾਮ ਰੋਸ਼ਨ ਕੀਤਾ ਆਪਣੇ ਮੁਲਕ ਦਾ, ਸਾਡੇ ਮੁਲਕ ਦਾ। ਜਸਪ੍ਰੀਤ ਸਿੰਘ ਜਿਸ ਨੂੰ ਅਰੈਸਟ ਕੀਤਾ ਗਿਆ ਹੈ ਕਾਫੀ ਕਾਉਂਟਸ ਦੇ ਵਿੱਚ। ਯੈਸ, ਇਹ ਨਾ ਹੁਣ ਦੇਖੋ ਵੀ ਰਹਿੰਦਾ ਬ੍ਰੈਂਪਟਨ ਚ
ਫੜਿਆ ਇਹਨੂੰ ਕੈਲੇਡਨ ਦੇ ਵਿੱਚ, ਕਹਿ ਲਓ ਕੈਲੇਡਨ ਦੀ ਪੁਲਿਸ ਨੇ ਆ ਓਪੀਪੀ ਜਿਹੜੇ ਰਿਸਪੋਂਸੀਬਿਲਟੀ ਨੇ ਰਿਸਪੋਂਸੀਬਲ ਹੈਗੇ ਨੇ ਬੋਲਟਨ ਵਾਸਤੇ ਵੀ, ਤੇ ਜਾਣੀ ਬੋਲਟਨ ਦੇ ਵਾਲਮਾਰਟ ਜਿਹੜਾ ਉਹਨਾਂ ਦਾ ਪਲਾਜ਼ਾ ਉੱਥੋਂ ਇਹਨੂੰ ਅਰੈਸਟ ਕੀਤਾ ਤੇ ਉੱਥੇ ਜਾਣੀ ਪੁਲਿਸ ਨੂੰ ਕਾਲ ਗਈ ਸੀਗੀ। ਆਪਾਂ ਕਹਿੰਦੇ ਹਾਂ ਨਾ ਵੀ ਇਹ ਪੁਲਿਸਾਂ ਸਿਸਟਮ ਕਰਦਾ ਕੁਛ ਨੀ, ਪਰ ਕਰਦੇ ਆਮ ਤੌਰ ਤੇ ਆਪਾਂ ਵੀ ਕੁਛ ਨੀ ਹੁੰਦੇ, ਵੀ ਆਪਾਂ ਗੱਲਾਂ ਹੀ ਕਰਦੇ ਹੁੰਦੇ ਹਨਾ। ਰਾਈਟ। ਤੇ ਹੁਣ ਮੈਨੂੰ ਪਤਾ ਵੀ ਕੋਈ ਭੈਣ ਭਰਾ ਸੀਗੇ ਉਹਨਾਂ ਦੇ ਘਰੇ ਕੋਈ ਗਲਤ ਸਾਈਨ ਲਾ ਗਿਆ। ਹੁਣ ਕੈਨੇਡੀਅਨ ਵੈਲਿਊ ਇਹ ਆ ਵੀ ਤੁਹਾਨੂੰ ਸਾਈਨ ਟੱਚ ਕਰਨ ਦੀ ਲੋੜ ਨੀ, ਜਸਟ ਕਾਲ 311। ਰਾਈਟ। ਉਹ ਵਿਦ ਇਨ 24 ਆਵਰਸ ਜਿਹੜਾ ਜੀ ਉਹਨੂੰ ਰੈਕਟੀਫਾਈ ਕਰਨਗੇ, ਨਾਲ ਤੁਹਾਨੂੰ ਰਿਪੋਰਟ ਦੇਣਗੇ ਵੀ ਅਸੀਂ ਆਹ ਕੀਤਾ। ਜੀ ਬਿਲਕੁਲ ਬਿਲਕੁਲ ਜੋ ਸਰ, ਕਿਸੇ ਵੀ ਜਗ੍ਹਾ ਸਿਟੀ ਤੇ ਤੁਸੀਂ ਗਲਤ ਸਾਈਨ ਲੱਗਾ ਦੇਖਦੇ ਹੋ, ਤੁਹਾਡੀ ਆਪਣੀ ਪ੍ਰੋਪਰਟੀ ਤੇ ਨਹੀਂ ਹੈ, ਤੁਹਾਡੀ ਰਿਸਪੋਂਸੀਬਿਲਟੀ ਹੈ, ਫਿਰ ਤੁਸੀਂ ਦੇਖੋ ਵੀ ਹੁੰਦਾ ਕੁਛ ਕਿ ਨਹੀਂ, ਹੈ ਨਾ। ਸੋ ਏਦਾਂ ਹੀ ਆ ਓਪੀਪੀ ਨੇ ਜਾਣੀ ਇਹ ਸਸਪੀਸ਼ੀਅਸ ਵਹੀਕਲ ਸੀਗਾ ਜਿਹੜਾ ਬੋਲਟਨ ਦੇ ਵਿੱਚ, ਕਾਲ ਕੀਤੀ ਕਿਸੇ ਅਵੇਅਰ ਰੈਜੀਡੈਂਟ ਨੇ ਇਹਦੇ ਬਾਰੇ ਚ, ਹਾਂਜੀ ਵੀ ਉੱਥੇ ਸੁੱਤਾ ਪਿਆ ਗੱਡੀ ਦੇ ਵਿੱਚ ਵਗੈਰਾ। ਤੇ ਉਹ ਪੁਲਿਸ ਫਿਰ ਉੱਥੇ ਆ ਗਈ ਮਿੰਟਾਂ ਸਕਿੰਟਾਂ 'ਚ ਹੀ, ਉਹਨਾਂ ਨੇ ਆ ਕੇ ਜਦੋਂ ਦੇਖਿਆ ਜਗਾਇਆ, ਪਹਿਲਾਂ ਤਾਂ ਦੇਖਿਆ ਵੀ ਗੱਡੀ ਚੋਰੀ ਦੀ ਆ, ਹਾਂਜੀ ਕਰਕੇ, ਹਾਂਜੀ ਗੱਡੀ ਚੋਰੀ ਦੀ ਆ ਜਿਹਦੇ ਵਿੱਚ ਸੁੱਤਾ ਹੋਇਆ ਜਸਪ੍ਰੀਤ ਸਿੰਘ 25 ਸਾਲ ਉਮਰ। ਮੁੜ ਕੇ ਅੱਛਾ ਜਦੋਂ ਤਲਾਸ਼ੀ ਤਲੁਸ਼ੀ ਲਈ, ਕ੍ਰੈਡਿਟ ਕਾਰਡ ਨਿਕਲ ਆਏ ਚੋਰੀ ਦੇ, ਹਨਾ, ਅੱਛਾ ਚੋਰੀ ਕੀਤੀਆਂ ਆਈਡੀਆਂ ਨਿਕਲ ਆਈਆਂ ਹੋਰ ਲੋਕਾਂ ਦੀਆਂ ਵੀ ਇਹਦੇ ਕੋਲ, ਜਾਣੀ ਕਿ ਸਭ ਕੁਛ ਚੋਰੀ ਦਾ ਹੀ ਲਈ ਫਿਰਦਾ ਜਨਾਬ, 25 ਸਾਲ ਉਮਰ ਹੈ। ਸੋ ਇਹ ਕੁਛ ਗੱਲਾਂ ਨੇ ਵੀ ਜਦੋਂ ਸਾਨੂੰ ਕੈਨੇਡਾ ਦੇ ਵਿੱਚ ਭਲ ਨਹੀਂ ਪਚਦੀ, ਕੈਨੇਡਾ ਦੇ ਵਿੱਚ ਭਲ ਨਹੀਂ ਪਚਦੇ ਮਤਲਬ ਇਹ ਨਹੀਂ ਵੀ ਜੇ ਅਸੀਂ ਇਕੱਲੇ ਬਾਹਰੋਂ ਹੀ ਆਏ ਹਾਂ ਜੀ, ਕੈਨੇਡਾ ਵਿੱਚ ਬੋਰਨ ਵੀ ਹੋਏ ਤਦ ਵੀ ਭਲ ਪਚਣੀ ਚਾਹੀਦੀ ਹੈ, ਕੈਨੇਡਾ ਦੇਸ਼ ਨੰਬਰ 1 ਹੈ ਦੁਨੀਆ ਦਾ। ਸੋ ਇਸ ਕਰਕੇ ਇਹ ਹੁਣ ਬਾਕੀ ਕੀ ਹੋਊਗਾ, ਔਰੰਜਵਿਲ ਦੀ ਜਿਹੜੀ ਕਚਹਿਰੀ ਆ ਉੱਥੇ ਦੇ ਮੇਲੇ ਦੇ ਵਿੱਚ ਤਾਂ ਕਾਫੀ ਵਾਧਾ ਹੋ ਰਿਹਾ ਅੱਜ ਕੱਲ੍ਹ ਪੰਜਾਬੀਆਂ ਤੇ ਪੰਜਾਬਣਾਂ ਦਾ, ਉਹਦੇ ਵਿੱਚ ਹੀ ਜਸਪ੍ਰੀਤ ਸਿੰਘ ਵੀ ਹੁਣ ਦਾਖਲ ਹੋ ਗਿਆ ਜੀ। ਤੁਸੀਂ ਵੀ ਕੋਈ ਸਵਾਲ ਜਵਾਬ ਕਰਨਾ ਚਾਹੁੰਦੇ ਹੋ ਜੌਲ ਸਾਹਿਬ ਦੇ ਨਾਲ ਤਾਂ ਕਰ ਸਕਦੇ ਹੋ, 905-813-1322-0। ਇੱਕ ਬੈਂਕਟ ਹਾਲ ਦੇ ਵਿੱਚ ਜੌਲ ਸਾਹਿਬ ਜਿਸ ਦਾ ਮਿਸਿਸ ਸਾਗਰ ਦੇ ਵਿੱਚ ਹੈ, ਉੱਥੇ ਇੱਕ ਵੈਡਿੰਗ ਹੋਈ ਸੀ ਤੇ ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਕੋਵਿਡ ਟੈਸਟ ਕੀਤਾ ਜਾਵੇ। ਹਾਂ ਬਿਲਕੁਲ ਜੀ, ਇਹ ਨਾ ਵੈਸੇ ਮਾਲਟਨ ਦੇ ਵਿੱਚ ਵਾਰੀ ਆ ਚੁੱਕੀ ਆ ਬੈਂਕਟ ਹਾਲਾਂ ਦੀ ਇਸੇ ਤਰੀਕੇ ਨਾਲ ਪਿਛਲੇ ਵੀਕਸ ਦੇ ਦੌਰਾਨ, ਤੇ ਹੁਣ ਅਪੀਲ ਪਬਲਿਕ ਹੈਲਥ ਦੇ ਵੱਲੋਂ ਪਿਛਲੇ ਜਾਣੀ ਕਿ 2 ਕੁ ਹਫ਼ਤਿਆਂ ਦੇ ਵਿੱਚ ਹੀ ਇਹ ਦੂਸਰੀ ਵਾਰੀ ਹੁਣ ਨੋਟਿਸ ਆ ਜਾਰੀ ਕੀਤਾ ਗਿਆ, ਇੱਕ ਤਰੀਕੇ ਨਾਲ ਲੋਕਾਂ ਨੂੰ ਅਵੇਅਰ ਇਨਫੋਰਮ ਕਰਨ ਦੀ ਕੋਸ਼ਿਸ਼ ਹੈ ਵੀ ਜਿਹਨਾਂ ਨੇ ਅਪੋਲੋ ਕਨਵੈਨਸ਼ਨ ਸੈਂਟਰ ਦੇ ਵਿੱਚ ਮਿਸਿਸਾਗਾ ਦੇ ਵਿੱਚ ਜਾਣੀ ਕਿ ਵੀ ਇਹ 29 ਅਕਤੂਬਰ ਨੂੰ ਕੋਈ ਵਿਆਹ ਦੀ ਪਾਰਟੀ ਖਾਧੀ ਆ ਜੀ, ਵਿਆਹ ਦੀ ਪਾਰਟੀ ਤੇ ਜਿੰਨੇ ਵੀ ਜਾਣੀ ਉੱਥੇ ਗੈਸਟ ਜਿਹੜੇ ਲੋਕ ਆ ਉਹ ਇਕੱਠੇ ਹੋਏ ਸੀਗੇ, ਤੇ ਉਹਨਾਂ ਨੂੰ ਰਿਸਕ ਹੋ ਸਕਦਾ ਵੀ ਉੱਥੇ ਜਿਹੜਾ ਕੋਵਿਡ-19 ਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੁਝ ਜਿਹੜੇ ਉਹਦੇ ਵਿੱਚ ਕੇਸਿਸ ਆ ਉਹ ਪੋਜ਼ਿਟਿਵ ਸੀ। ਤੇ ਹੁਣ ਫਿਰ ਉਹਨਾਂ ਸਾਰੇ ਗੈਸਟ ਨੂੰ ਕਿਹਾ ਗਿਆ ਵੀ ਜਿਹੜੇ ਅਪੋਲੋ ਕਨਵੈਨਸ਼ਨ ਸੈਂਟਰ ਦੇ ਵਿੱਚ ਸੀਗੇ 29 ਅਕਤੂਬਰ ਨੂੰ ਵਿਆਹ ਦੀ ਪਾਰਟੀ ਦੇ ਵਿੱਚ, ਉਹਨਾਂ ਨੂੰ ਆਪਣਾ ਜਿਹੜਾ ਜੀ ਵੀ ਇੱਕ ਤੇ ਕੋਵਿਡ ਟੈਸਟ ਕਰਾਉਣਾ ਚਾਹੀਦਾ ਸਾਰਿਆਂ ਨੂੰ, ਦੂਸਰਾ ਇਹ ਆ ਜੀ ਵੀ ਜੇ ਕਿਸੇ ਰੰਗ ਦੇ ਕੁਝ ਸਿੰਪਟਮਸ ਆ ਗਏ ਆ ਤੇ ਫਿਰ ਤੁਰੰਤ ਆਪਣੇ ਆਪ ਨੂੰ ਸੈਲਫ ਆਈਸੋਲੇਟ ਕਰਨਾ ਚਾਹੀਦਾ 14 ਦਿਨਾਂ ਦੇ ਲਈ। ਸੋ ਇਹ ਪਰਿਵਾਰ ਦੇ ਵਿੱਚ ਵੀ ਸੇਫਟੀ ਲਈ ਹੁੰਦਾ ਜੀ, ਵੀ ਕਈ ਵਾਰੀ ਆਪਾਂ ਗੱਲ ਨੂੰ ਹਉ ਪਰੇ ਕਰਦੇ ਹਾਂ, ਬਹੁਤ ਆਪਣੇ ਪੰਜਾਬੀ ਪਰਿਵਾਰਾਂ ਦੇ ਵਿੱਚ ਵੀ ਅਰਸ਼ੇ ਕੋਵਿਡ ਦੇ ਦੌਰਾਨ ਜਾਣੀ ਜਾਨੀ ਨੁਕਸਾਨ ਹੋਏ ਨੇ ਬਹੁਤ ਵਾਰ, ਜਾਣੀ ਬੱਚਿਆਂ ਨੂੰ, ਯੂਥ ਨੂੰ ਜਿਹਨਾਂ ਨੂੰ ਹੋ ਜਾਂਦਾ ਉਹ ਆਪਣੇ ਆਪ ਉਹਨਾਂ ਦੀ ਬੋਡੀ ਇਮਿਊਨ ਸਿਸਟਮ ਸਟਰੋਂਗ ਹੈ, ਠੀਕ ਹੋ ਗਏ ਹਨਾ ਬਾਅਦ ਦੇ ਵਿੱਚ, ਪਰ ਕਿਉਂਕਿ ਉਹ ਯੂਥ ਨੇ, ਬੱਚਿਆਂ ਨੇ ਜਾਂ ਅਦਰਵਾਈਜ਼ ਜਾਣੀ ਐਡਲਟ ਸੀਗੇ ਜਿਹੜੇ, ਉਹਨਾਂ ਨੇ ਵੀ ਜਾਣੀ ਬਹੁਤੀ ਸੀਰੀਅਸਲੀ ਜਦੋਂ ਨਹੀਂ ਲਿਆ, ਤੇ ਘਰ ਦੇ ਵਿੱਚ ਜਿਹੜੇ ਸੀਨੀਅਰ ਸੀਗੇ ਜਦੋਂ ਉਹਨਾਂ ਨੂੰ ਉਹਨਾਂ ਤੋਂ ਟ੍ਰਾਂਸਫਰ ਹੋ ਗਿਆ ਕੋਵਿਡ ਜੀ, ਉਹ ਸੀਨੀਅਰ ਦਾਦਾ ਦਾਦੀ ਨਾਨਾ ਨਾਨੀ ਉਹਨਾਂ ਦੇ ਵਿੱਚੋਂ ਕਈਆਂ ਦੀ ਮੌਤ ਹੋਈ ਹੈ ਜੀ ਇਦਾਂ, ਹਨਾ। ਯੈਸ ਯੈਸ, ਕਿਉਂਕਿ ਉਹ ਬੱਚੇ ਜਿਹੜੇ ਸੀਨੀਅਰ ਨੇ ਉਹਨਾਂ ਦਾ ਇਮਿਊਨ ਸਿਸਟਮ ਕੰਪਰੋਮਾਈਜ਼ਡ ਆ ਜੀ, ਕੰਪਰੋਮਾਈਜ਼ ਥੋੜਾ ਵੀਕ ਹੈ, ਵਾਇਰਸ ਨਾਲ ਨਹੀਂ ਉਹਨਾਂ ਸਟਰੋਂਗਲੀ ਲੜ ਸਕਦਾ ਜਿੰਨਾ ਕਿ ਯੰਗ ਅਵਸਥਾ ਦੇ ਵਿੱਚ ਵਿਅਕਤੀ ਲੜ ਸਕਦੇ ਨੇ, ਲੜ ਸਕਦੀਆਂ ਨੇ ਜੀ। ਤਦ ਕਰਕੇ ਵੀ ਫੈਮਿਲੀ ਦੇ ਵਿੱਚ ਹੋਰਨਾਂ ਦੀ ਸੇਫਟੀ ਦੇ ਹਿੱਤ ਜੇ ਕਿਸੇ ਤਰ੍ਹਾਂ ਦਾ ਕੁਝ ਸਿੰਪਟਮ ਆਵੇ ਤੇ ਉਹਨਾਂ ਨੇ ਕਿਹਾ ਜੀ ਕਿ ਸੈਲਫ ਆਈਸੋਲੇਟ ਕੀਤਾ ਜਾਏ। ਜੋ ਸਾਹਿਬ, ਸਵੇਰੇ 4 ਵਜੇ ਇੱਕ ਬਹੁਤ ਹੀ ਦੁਖਨਾਕ ਖਬਰ ਤੁਹਾਨੂੰ ਰੀਸ ਪੜ੍ਹੀ ਹੋਵੇਗੀ ਕਿ ਇੱਕ ਦੀ ਮੌਤ ਹੋ ਚੁੱਕੀ ਹੈ ਹਾਈਵੇ 401 ਨੀਅਰ ਮਿਲਟਨ ਦੇ ਵਿੱਚ। ਇਹ ਕਾਫੀ ਦੁੱਖ ਵਾਲੀ ਖਬਰ ਹੈ। ਦੇਖੋ, ਮੌਤ ਕਿੱਦਾਂ ਲੈ ਕੇ ਗਈ ਇਸ ਬੰਦੇ ਨੂੰ, ਐਕਸੀਡੈਂਟ ਤਾਂ ਹੋਇਆ ਹੀ ਹੋਇਆ, ਪਰ ਜਦੋਂ ਇਹ ਵਿਅਕਤੀ ਬਾਹਰ ਨਿਕਲਿਆ ਇੰਸਪੈਕਟ ਕਰਨ ਨੂੰ ਕਿ ਕੋਈ ਡੈਮੇਜਸ ਤਾਂ ਨਹੀਂ ਹੈ, ਇੱਕ ਤੀਸਰੀ ਗੱਡੀ ਦੇ ਵਿੱਚ ਉਹਨਾਂ ਨੇ ਮਾਰ ਲਈ, ਵਿੱਚ ਜਿਹੜੀ ਤੀਸਰੀ ਗੱਡੀ ਹੈ, ਹਿਟ ਹਿਮ ਰੀਲੀ ਹਾਰਡ ਐਂਡ ਉੱਥੇ ਹੀ ਮੌਤ ਹੋ ਗਈ ਸੀ। ਯੈਸ, ਇਹ ਦੇਖੋ ਵੀ ਇਹ ਨਾ ਹਾਈਵੇਜ਼ ਤੇ ਜਾਂ ਲਾਈਵ ਲੇਨਸ ਤੇ, ਭਾਵੇਂ ਕਿ ਓਰੀਜਨਲ ਰੋਡ ਦੀ ਕਿਉਂ ਹੋਣ, ਪੁਲਿਸ ਵੱਲੋਂ ਸਦਾ ਕਿਹਾ ਜਾਂਦਾ ਵੀ ਪਹਿਲੀ ਗੱਲ ਤੇ ਜੇ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਤੇ ਤੁਹਾਨੂੰ ਗੱਡੀ ਚੋਂ ਨਿਕਲਣ ਦੀ ਵੈਸੇ ਲੋੜ ਹੀ ਕੋਈ ਨਹੀਂ, ਤੁਸੀਂ ਹੈਲਪ ਜਿਹੜੀ ਪੁਲਿਸ ਆ ਉਹ ਜਸਟ ਕਾਲ ਕਰਨੀ ਆ ਤੇ ਵੇਟ ਕਰਨੀ ਆ ਗੱਡੀ ਦੇ ਵਿੱਚ ਬਹਿ ਕੇ, ਤੁਹਾਨੂੰ ਉਤਰਨ ਦੀ ਲੋੜ ਨਹੀਂ ਹੈਗੀ। ਪਰ ਕਿਉਂਕਿ ਹੁਣ ਫਿਰ ਆਪਾਂ ਨੈਚੁਰਲੀ ਆਪ ਜਦੋਂ ਗੱਡੀ ਇਸ ਤਰ੍ਹਾਂ ਡੈਮੇਜਸ ਹੋ ਗਏ ਆ ਤੇ ਵਿਅਕਤੀ ਉਤਰ ਕੇ ਦੇਖਦੇ ਹੀ ਨੇ, ਹਨਾ, ਤੇ ਵੀ ਉਸ ਲਿਹਾਜ਼ ਨਾਲ ਇਹ ਨਾ ਕਾਫੀ ਇੰਸੀਡੈਂਟ ਇੱਥੇ ਅਮਰੀਕਾ 'ਚ, ਕੈਨੇਡਾ 'ਚ, ਦੋਨਾਂ ਦੇਸ਼ਾਂ 'ਚ ਵਾਪਰਦੇ ਰਹਿੰਦੇ ਆ। ਤੇ ਆਮ ਤੌਰ ਤੇ ਗੱਡੀਆਂ ਦਾ ਕੋਈ ਖਾਸ ਨੁਕਸਾਨ ਨਹੀਂ ਹੋਇਆ ਹੁੰਦਾ, ਪਰ ਲਾਈਵ ਲੇਨ ਦੇ ਵਿੱਚ ਐਂਟਰ ਹੋਣ ਕਰਕੇ ਜਿਹੜੀਆਂ ਪਿੱਛੋਂ ਤੇਜ਼ ਗੱਡੀਆਂ ਆ ਰਹੀਆਂ
ਉਹਨਾਂ ਦੀ ਲਪੇਟ ਦੇ ਵਿੱਚ ਆ ਕੇ ਜਾਣੀ ਬੰਦਿਆਂ ਦੀ ਮੌਤ ਜੀ ਹੋ ਜੀ ਗਈ। ਬਿਲਕੁਲ 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 ਉਸੇ ਹੀ ਕੜੀ ਦੇ ਵਿੱਚ ਇਹ ਜਿਹੜੀ ਆ ਘਟਨਾ ਜੀ ਦੁਖਦਾਈ ਜਾਪਦੀ ਆ। ਸੋ ਮਤਲਬ ਇਸ ਤੋਂ ਲੈਸਨ ਹੀ ਲਰਨ ਕੀਤਾ ਜਾ ਸਕਦਾ। ਇਹ ਇਸ ਤਰ੍ਹਾਂ ਦੀਆਂ ਖਬਰਾਂ ਸਾਡਾ ਸਾਂਝੀਆਂ ਕਰਨ ਦਾ ਵੀ ਮਕਸਦ ਇਹੀ ਆ ਵੀ ਉਹ ਹੁਣ ਜਾਣ ਜਿਹੜੀ ਅਵੇਅਰਨੈਸ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਵੇਅਰ ਹੋਈਏ ਵੀ ਜੇ ਜੀ ਰੋਡ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਗੱਲ ਹੈ ਤੇ ਇੱਕਦਮ ਉੱਤਰ ਕੇ ਪੱਤ ਪੜੱਤ ਦੇ ਵਿੱਚ ਕੋਈ ਬਹੁਤਾ ਆਪਾਂ ਕਰ ਥੋੜਾ ਕੁਛ ਲੈਣਾ ਜੇ ਡੈਮੇਜ ਹੋ ਵੀ ਗਏ ਆ ਹਨਾ, ਤੇ ਪੀ ਓ ਸੀ ਉਹਨੂੰ ਜਾ ਕੇ ਉੱਥੇ ਚੈੱਕ ਕਰਨ ਲੱਗ ਜਾਈਏ ਵੀ ਕਿੰਨਾ ਕੁ ਡੈਮੇਜ ਹੋਇਆ, ਜਿੰਨਾ ਵੀ ਹੋਇਆ ਭਾਵੇਂ ਉਹ $10 ਦਾ ਹੋਇਆ ਜਾਂ $10,000 ਦਾ ਹੋਇਆ, ਆਪਾਂ ਮੌਕੇ ਤੇ ਕੁਛ ਕੋ ਪਤਾ ਕਰ ਤਾਂ ਸਕਦੇ ਨਹੀਂ। ਰਾਈਟ, ਇਸ ਕਰਕੇ ਜੇ ਕੋਈ ਕਲੀਸ਼ਨ ਜਾਣੀ ਕਿ ਹੋ ਗਈ ਆ ਰੋਡ ਦੇ ਉੱਤੇ ਤੇ ਬੈਟਰ ਵੀ ਗੱਡੀ ਦੇ ਵਿੱਚ ਰਹਿ ਕੇ ਉਹ ਵੇਟ ਕੀਤਾ ਜਾਵੇ ਜਾਂ ਫਿਰ ਹੈਲਪ ਜਿਹੜੀ ਆ ਉਹ ਅਰਾਈਵ ਕਰਦੇ ਨੇ। ਜੀ ਲੈਂਦੇ ਆ ਲਾਸਟ ਕਾਲ ਆਫ ਦ ਡੇ। ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਬਜ਼ੁਰਗੋ, ਮੈਂ ਇੱਕ ਸੀਨੀਅਰ ਸਿਟੀਜ਼ਨ ਬੋਲ ਰਿਹਾ ਜੀ। ਅਸੀਂ ਅਪਲਾਈ ਕੀਤਾ ਹੈ PR ਕਾਰਡ ਲਈ, ਕਾਫੀ ਚਿਰ ਹੋ ਗਿਆ ਜੁਲਾਈ ਦਾ। ਤੇ ਜੋਹਰ ਸਾਹਿਬ ਸਾਰਾ ਇਹਨਾਂ ਬਾਰੇ ਕੋਈ ਜਾਣਦੇ ਆ, ਕੋਈ ਨੌਲੇਜ ਪਾ ਸਕਦੇ, ਕਦੋਂ ਤਾਈਂ ਉਹ ਮਿਲ ਸਕਦਾ ਅਸੀਂ ਜਾਣਾ ਇੰਡੀਆ ਨੂੰ। ਜੀ ਥੈਂਕ ਯੂ ਸੋ ਮਚ ਜੀ। ਜੀ ਜੋਹਰ ਸਾਹਿਬ ਬਹੁਤ ਬਹੁਤ ਧੰਨਵਾਦ। ਵੈਸੇ ਇਨ ਜਨਰਲ ਕਾਫੀ ਲੋਕਾਂ ਨੇ ਜਿਹਨਾਂ ਨੇ ਕਿ PR ਕਾਰਡ ਦੀ ਰਿਨਿਊਅਲ ਅਪਲਾਈ ਕੀਤੀ ਹੁੰਦੀ ਆ ਵੀ ਉਹਨਾਂ ਨੂੰ ਜਾਣੀ ਕਿ ਥੋੜਾ ਜਿਹਾ ਇਹ ਕਾਰਡ ਕਾਫੀ ਡਿਲੇਡ ਪ੍ਰਾਪਤ ਹੁੰਦਾ, ਉਹ ਇਸ ਕਰਕੇ ਆ ਵੀ ਕੈਨੇਡਾ ਦੇ ਵਿੱਚ ਜਿਹੜੇ ਲੋਕ ਹੈਗੇ ਆ ਨਾ, ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਸਰਵਿਸ ਆ ਜਿਹੜੀ ਵੀ ਉਹਨੂੰ ਉਹ ਇਹ ਨਹੀਂ ਸਮਝਦੇ ਵੀ ਪ੍ਰਿਓਰਿਟੀ 'ਤੇ ਰੱਖਣਾ ਚਾਹੀਦਾ, ਕਿਉਂਕਿ ਟਰੈਵਲ ਐਡਵਾਈਜ਼ਰੀ ਹੁਣ ਤੱਕ ਵੀ ਲਗਭਗ ਇਹੀ ਕਹਿ ਰਹੀ ਆ ਵੀ ਤੁਸੀਂ ਕੈਨੇਡਾ ਛੱਡ ਕੇ ਕਿਤੇ ਜਾਣਾ ਨਹੀਂ ਹੈ। ਰਾਈਟ, ਜਿਸ ਕਰਕੇ ਵੀ ਇਸ ਤਰ੍ਹਾਂ ਦੇ ਡਾਕੂਮੈਂਟਸ ਜਾਣੀ ਕਿ ਪ੍ਰਿਓਰਿਟੀ 'ਤੇ ਰਿਲੀਜ਼ ਕਰਨਾ, ਜਾਰੀ ਕਰਨਾ ਜਾਂ ਕਹਿ ਲਓ ਵੀ ਇਸ਼ੂ ਕਰਨਾ ਉਹਨਾਂ ਨੇ ਰਿਸਪੋਂਸੀਬਿਲਟੀ ਆਪਣੀ ਨਹੀਂ ਸਮਝੀ ਹੋਈ। ਇਸੇ ਤਰ੍ਹਾਂ ਇਮੀਗ੍ਰੇਸ਼ਨ ਦੇ ਕੇਸ ਅਸ ਤੁਸੀਂ ਤਾਂ ਆਪਣਾ ਵੀ ਦੇਖਿਆ ਸੀਗਾ ਹਨਾ। ਹਾਂਜੀ ਹਾਂਜੀ ਜੀ। ਸੋ ਇਸ ਕਰਕੇ ਆ ਜੀ ਵੀ ਹੁਣ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਇਹ PR ਕਾਰਡ ਰਿਨਿਊਅਲ ਹੈ ਸਲੋ ਐਂਡ ਸਟੈਡੀ ਲੋਕਾਂ ਨੂੰ 4 ਕੁ ਮਹੀਨਿਆਂ ਦੇ ਵਿੱਚ ਮਿਲਦਾ ਜਾਂਦਾ, ਸੋ ਲੱਗ ਰਿਹਾ ਤੁਹਾਡਾ ਕਾਰਡ ਕਿਸੇ ਮੌਕੇ ਵੀ ਜਿਹੜਾ ਜੀ ਵੀ ਉਹ ਆ ਜਾਣਾ ਚਾਹੀਦਾ ਜੀ। ਪਰ ਜੇ ਹੁਣ ਤੁਸੀਂ ਇਸ ਕਰਕੇ ਪ੍ਰੈਸ਼ਰ ਪਾਓ ਵੀ ਤੁਸੀਂ ਟਰੈਵਲ ਕਰਨਾ ਜਦਕਿ ਸਰਕਾਰਾਂ ਕਹਿ ਰਹੀਆਂ ਵੀ ਤੁਸੀਂ ਬਹਿ ਜਾਓ ਤੁਸੀਂ ਕਿਤੇ ਨਹੀਂ ਜਾਣਾ ਹਨਾ, ਸੋ ਇਸ ਕਰਕੇ ਉਹਨਾਂ ਨੇ ਇਹ ਤਾਂ ਨਹੀਂ ਤੁਹਾਡੀ ਗੱਲ ਮੰਨਣੀ ਐਜ਼ ਲੌਂਗ ਐਜ਼ ਕੋਈ ਤੁਹਾਨੂੰ ਬਹੁਤ ਕੋਈ ਮਤਲਬ ਐਮਰਜੈਂਸੀ ਨਹੀਂ ਹੈਗੀ। ਫਿਰ ਉਹਨਾਂ ਨੇ ਕਹਿਣਾ ਜੀ ਜਾਣ ਤੋਂ, ਦੇਖੋ ਕੈਨੇਡਾ ਤੋਂ ਜਾਣ ਤੋਂ ਤਾਂ ਕਦੀ ਕੋਈ ਰੋਕਦਾ ਹੀ ਨਹੀਂ, ਤੁਹਾਡੇ ਕੋਲ PR ਕਾਰਡ ਹੈਗਾ ਨਹੀਂ ਹੈਗਾ ਤੁਹਾਨੂੰ ਜਾਣ ਤੋਂ ਕਿਸੇ ਨੇ ਨਹੀਂ ਰੋਕਣਾ, ਤੁਸੀਂ ਚੱਲ ਜਾਓ ਉੱਥੋਂ ਵਾਪਸ ਆਉਣਾ, ਤੁਸੀਂ ਆਪਣਾ ਟਰੈਵਲ ਡਾਕੂਮੈਂਟ ਅਪਲਾਈ ਕਰੋ, ਜੇ ਤੁਹਾਡਾ ਸਭ ਕੁਝ ਰੈਕਡ ਠੀਕ ਹੋਇਆ ਤਾਂ ਤੁਹਾਨੂੰ ਟਰੈਵਲ ਡਾਕੂਮੈਂਟ ਬਿਨਾਂ ਕਿਸੇ ਰੋਕ ਰੁਕਾਵਟ ਤੋਂ ਮਿਲ ਜਾਣਾ ਤੇ ਤੁਸੀਂ ਆ ਸਕੋਗੇ। ਪਰ ਕੈਨੇਡਾ ਸਰਕਾਰ ਤੇ ਇਸ ਗੱਲ ਦਾ ਪ੍ਰੈਸ਼ਰ ਨਹੀਂ ਪਾਇਆ ਜਾ ਸਕਦਾ ਵੀ ਮੈਂ ਜਾਣਾ ਸੀ ਤੇ ਮੈਨੂੰ ਕਾਰਡ ਨਹੀਂ ਦਿੱਤਾ। ਬਿਲਕੁਲ ਜੀ, ਸਪੀਡ ਨਾਲ ਉਹ ਭੇਜ ਹੀ ਦੇਣਾ ਜੇ ਤੁਸੀਂ ਅਪਲਾਈ ਕੀਤਾ ਹੋਇਆ, ਤੇ ਜੇ ਉਹ ਇਨ ਪ੍ਰੋਸੈਸ ਹੈਗਾ ਵੀ ਐਪਲੀਕੇਸ਼ਨ ਦੇ ਵਿੱਚ ਕੋਈ ਮੁਸ਼ਕਲ ਨਹੀਂ ਹੈ, ਆ ਜਾਏਗਾ ਆਪਣੇ ਸਮੇਂ ਤੇ ਜ਼ਰੂਰ। ਜੋਹਰ ਸਾਹਿਬ ਕੁਇਕਲੀ, ਐਸਾ ਕੋਈ 1 ਮਿੰਟ ਰਹਿ ਗਿਆ ਜੀ, ਐਜ਼ ਅ ਰੀਅਲ ਸਟੇਟ ਏਜੰਟ ਜਦੋਂ ਕੋਵਿਡ ਆਇਆ ਸੀ ਕਾਫੀ ਡਰੋਪ ਹੋਇਆ ਸੀ ਮਾਰਕੀਟ ਦੇ ਵਿੱਚ, ਰੀਅਲ ਸਟੇਟ ਮਾਰਕੀਟ ਦੇ ਵਿੱਚ, ਸਪੈਸ਼ਲੀ ਕੌਂਟੋ ਮਾਰਕੀਟ ਦੇ ਵਿੱਚ, ਤੇ ਲੋਕਾਂ ਨੇ ਜਿਨ੍ਹਾਂ ਨੇ ਲਿੱਤੇ ਸੀ ਉਹਨਾਂ ਨੇ ਆਪਣੇ ਆਪਣੇ ਵੇਚਤੇ ਜਾਂ ਜਿਨ੍ਹਾਂ ਨੇ ਅਸਾਈਨ ਕਰਨੇ ਸੀ ਅਸਾਈਨ ਕਰਤੇ, ਤੇ ਜਿਨ੍ਹਾਂ ਨੇ ਉਸ ਟਾਈਮ ਲੈ ਲਏ ਅੱਜ ਉਹ ਖੁਸ਼ੀ ਮਨਾ ਰਹੇ ਨੇ। ਕਾਫੀ ਵੱਡੀ ਤਾਦਾਦ ਦੇ ਵਿੱਚ ਪ੍ਰਾਈਸਿਸ ਵੱਧ ਚੁੱਕੇ ਨੇ ਜੀ ਡਾਊਨਟਾਊਨ ਦੇ ਵਿੱਚ। ਯੈਸ, ਪ੍ਰਾਈਸਿਸ ਵਧਣ ਦੀ ਖੁਸ਼ੀ ਹੈ ਪਰ ਕੌਂਡੋ ਫੀ ਵਧਣ ਦਾ ਅਫਸੋਸ ਵੀ ਪ੍ਰਗਟਾ ਰਹੇ ਨੇ ਉਹ। ਬਿਲਕੁਲ ਹੈ, ਤੇ ਕੌਂਡੋ ਜਿੱਥੇ ਮਤਲਬ ਪ੍ਰਾਈਸ ਕਈਆਂ ਦੀ ਹੋ ਸਕਦਾ 1.5-2 ਗੁਣਾ ਹੋ ਗਈ ਹੋਵੇ, ਪਰ ਉਹਦੇ ਨਾਲ ਹੀ ਕੌਂਡੋ ਫੀ ਵੀ ਦੁੱਗਣੀ ਹੋ ਚੁੱਕੀ। ਹਾਂਜੀ, ਉਹ ਫਿਰ ਕਈ ਕੇਸ ਅਰਸ਼ ਜਾਂਦੇ ਕੋਰਟ ਦੇ ਵਿੱਚ, ਉਹ ਕੋਰਟ ਦੇ ਵਿੱਚ ਜਾ ਕੇ ਕਹਿਣਗੇ ਜੀ ਸਾਨੂੰ ਆਹ ਨਹੀਂ ਦੱਸਿਆ ਸੀ ਏਜੰਟ ਨੇ, ਸਾਨੂੰ ਉਹ ਨਹੀਂ ਸੀ ਦੱਸਿਆ ਅਸੀਂ, ਡਿਵੈਲਪਰ ਨੇ ਇਦਾਂ ਨਹੀਂ ਦੱਸਿਆ। ਇਹਦੀ ਬਜਾਏ ਜਾਣੀ ਕਿ ਵੈਸੇ ਥੋੜਾ ਜਿਹਾ ਪ੍ਰੋਬਲਮ ਤੇ ਓਨਟੈਰੀਓ ਦੇ ਵਿੱਚ ਇਸ ਸਿਲਸਿਲੇ ਦੇ ਵਿੱਚ ਹੈਗੀ ਹੈ, ਜਿਹੜੀਆਂ ਕਿ ਹੋਰ ਪ੍ਰੋਵਿੰਸਿਸ ਦੇ ਵਿੱਚ ਇਹ ਨਹੀਂ ਹੈਗੀ ਵੀ ਡਿਵੈਲਪਰ ਆ ਜਿਹੜੇ ਜੀ ਵੀ ਇਹ ਸਭ ਕੁਝ ਡਿਸਕਲੋਜ਼ ਕੌਂਡੋ ਫੀ ਦੇ ਬਾਰੇ 'ਚ ਸ਼ਾਇਦ ਕਈ ਵਾਰੀ ਲੋਕਾਂ ਨੂੰ ਨਹੀਂ ਕਰਦੇ ਤੇ ਲੀਗਲੀ, ਕਿਉਂਕਿ ਉਹ ਬਾਉਂਡ ਨਹੀਂ ਹੈਗੇ। ਪਰ ਇਹਦੇ ਬਾਵਜੂਦ ਜਦੋਂ ਵੀ ਇੱਕ ਵਾਰੀ ਜਾਣੀ ਹੁਣ ਆਪਾਂ ਬਾਈ ਵੀ ਕਰ ਲਿਆ, ਆਪਾਂ ਮਾਲਕ ਹੋ ਗਏ, ਓਨਰ ਹੋ ਗਏ, ਤੇ ਫਿਰ ਉਹ ਇਹੀ ਕਹਿੰਦੇ ਹੁੰਦੇ ਆ ਵੀ ਬਾਈ ਕਰਨ ਤੋਂ ਪਹਿਲਾਂ ਪਹਿਲਾਂ ਹੀ ਜਾਣੀ ਕਿ ਕੁਐਸਚਨ ਕੀਤਾ ਜਾ ਸਕਦਾ। ਔਰ ਇਟਸ ਵੈਰੀ ਸਿੰਪਲ ਜੋਹਰ ਸਾਹਿਬ, ਜਦੋਂ ਤੁਸੀਂ ਕੰਟਰੈਕਟ ਪੜ੍ਹਦੇ ਹੋ ਕੌਂਡੋ ਲੈਣ ਤੱਕ ਉਹ 10 ਦਿਨ ਹੁੰਦੇ ਨੇ, ਸਾਰੇ ਜਾਣੇ ਸੁਣ ਲਓ, 10 ਦਿਨ ਕੂਲਿੰਗ ਪੀਰੀਅਡ ਹੁੰਦਾ, ਉਹ 10 ਦਿਨ ਦੇ ਵਿੱਚ ਆਪਣੇ ਵਕੀਲ ਤੋਂ ਪੜ੍ਹਾ ਸਕਦੇ ਹੋ, ਇੱਕ ਇੱਕ ਚੀਜ਼ ਸਮਝ ਲਓ, ਠੀਕ ਲੱਗਦਾ ਤਾਂ ਲੈ ਲਓ, ਨਹੀਂ ਠੀਕ ਲੱਗਦਾ ਤਾਂ ਜਿਹੜਾ ਡਿਪੋਜ਼ਿਟ ਤੁਸੀਂ ਦਿੱਤਾ ਹੈ ਨਾ ਉਹ ਵਾਪਸ ਮਿਲ ਜਾਂਦਾ ਤੁਹਾਨੂੰ। ਯੈਸ ਬਿਲਕੁਲ ਯੈਸ। ਸੋ ਪਰ ਲੇਕਿਨ ਕਿ ਇਹ ਹੈ ਜੀ ਵੀ ਹੁਣ ਕੌਂਡੋ, ਪਹਿਲਾਂ ਨਾ ਦੇਖੋ ਇੱਥੇ ਬੜੇ ਬੜੇ ਜਾਣੀ ਕਿ ਯੂਨਿਟਸ ਬਣਦੇ ਸੀਗੇ, ਅਪਾਰਟਮੈਂਟ ਬਣਦੇ ਸੀਗੇ, ਪਰ ਹੁਣ ਜਿਉਂ ਜਿਉਂ ਡਿਮਾਂਡ ਵਧੀ ਹੈ, ਰੌਲਾ ਜ਼ਿਆਦਾ ਮਾਰਕੀਟ ਦੇ ਵਿੱਚ ਜੀ ਜੀ ਜੀ, ਕੌਂਡੋ ਤੋਂ ਬਣਾਉਣ ਲੱਗੇ ਚੁਰਾਂ ਜਿਹੀਆਂ ਨਿੱਕੇ ਨਿੱਕੇ, ਮਤਲਬ ਇੱਕ ਇੱਕ ਦੋ ਦੋ ਕਮਰੇ ਮਸੀਆਂ ਨਾ, ਉਹ ਜਾਣੀ ਹੁਣ ਜਿਹੜੇ ਪਹਿਲਾਂ ਬੜੇ ਬੜੇ ਕੌਂਡੋ ਹੁੰਦੇ ਸੀਗੇ ਉਹਨਾਂ ਦੀ ਫੀ ਹੁੰਦੀ ਸੀ $300, ਯਾ
ਤੇ ਹੁਣ ਇੱਕ ਚੋਰ ਦੀ ਜਿਹੜੀ ਆ ਫੀਸ ਜੇ ਤੁਹਾਨੂੰ $800 ਮਤਲਬ ਚੁੱਭਦੀ ਵੀ ਆ ਥੋੜੀ ਜਿਹੀ, ਹੈ ਨਾ, ਨੈਚੁਰਲੀ ਮਹਿੰਗਾਈ ਆ ਸਭ ਕੁਛ ਹੈ, ਜਗ੍ਹਾ ਓਨੀ ਹੈ ਨੀ, ਤੁਸੀਂ ਓਨਾ ਮੂਵ ਨਹੀਂ ਕਰ ਸਕਦੇ ਹੋ ਨਿੱਕੇ ਜੇ ਕੌਂਡੋ ਦੇ ਵਿੱਚ, ਜੀ ਇਸ ਤਰ੍ਹਾਂ ਤਰ੍ਹਾਂ ਦੀਆਂ ਮੁਸ਼ਕਿਲਾਂ ਤੇ ਡਾਊਨਟਾਊਨ ਟੋਰਾਂਟੋ ਦੇ ਵਿੱਚ ਖਾਸ ਤੌਰ ਤੇ ਲੋਕਾਂ ਨੂੰ ਹੈਗੀਆਂ ਨੇ ਕਿਉਂਕਿ ਉੱਥੇ ਹੁਣ ਹੈ ਹੀ ਕੌਂਡੋ ਕਲਚਰ ਹੈ, ਪਰ ਦੂਸਰੇ ਪਾਸੇ ਇਹ ਹੈ ਜੀ ਵੀ ਇਹ ਜ਼ਰੂਰ ਹੈ ਕਿ ਬਾਅਦ ਦੇ ਵਿੱਚ ਅਦਾਲਤਾਂ ਜਾਂ ਇਸ ਤਰ੍ਹਾਂ ਗੱਲਾਂ ਕਰਨੀਆਂ ਵੀ ਮੈਨੂੰ ਦੱਸਿਆ ਨਹੀਂ, ਪੁੱਛ ਲੈਣਾ ਚਾਹੀਦਾ, ਜੇ ਦੱਸਿਆ ਨਹੀਂ ਤਾਂ ਤੁਸੀਂ ਕਿਹੜਾ ਪੁੱਛਿਆ, ਹੈ ਨਾ, ਤਾਂ ਪੁੱਛਿਆ ਜਾਂ ਵੈਰੀਫਾਈ ਕਰਨਾ 10 ਦਿਨ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ। ਸੋ ਇਹ ਸੈਲਰ ਦੀਆਂ ਸਾਰੀਆਂ ਰਿਸਪੋਂਸੀਬਿਲਿਟੀਜ਼ ਨਹੀਂ ਹੈਗੀਆਂ, ਬਾਇਰ ਦੀਆਂ ਵੀ ਆਪਣੀਆਂ ਰਿਸਪੋਂਸੀਬਿਲਿਟੀ ਆ। ਬਿਲਕੁਲ, ਜੇ ਘਰ ਲੈਣ ਤੋਂ ਬਾਅਦ ਸਾਨੂੰ ਪਤਾ ਲੱਗਦਾ ਵੀ ਬਾਹਰ ਤਾਂ ਸੀ ਗੱਡੀ ਖੜੀ ਕਰਨ ਜੋਗੀ ਜਗ੍ਹਾ ਨਹੀਂ, ਪਰ ਉਹ ਤੁਸੀਂ ਪਹਿਲਾਂ ਵੀ ਵਿਜ਼ਿਟ ਕਰਨ ਗਏ ਸੀ, ਤੁਹਾਨੂੰ ਉਦੋਂ ਵੀ ਦੇਖਣਾ ਚਾਹੀਦਾ ਸੀ ਕਿ ਇੱਥੇ ਤਾਂ ਪਾਰਕਿੰਗ ਨਹੀਂ ਹੈਗੀ, ਵੀ ਮੈਂ ਨਹੀਂ ਲੈਣਾ ਇਹ ਘਰ, ਹੈ ਨਾ। ਪਰ ਜੇ ਉਹਦੇ ਬਾਵਜੂਦ ਤੁਸੀਂ ਲੈ ਲਿਆ, ਫੇਰ ਸ਼ਿਕਾਇਤ ਨਹੀਂ ਕਰ ਸਕਦੇ ਵੀ ਇੱਥੇ ਤਾਂ ਗੱਡੀ ਲਾਉਣ ਜੋਗੀ ਜਗ੍ਹਾ ਨਹੀਂ। ਬਿਲਕੁਲ ਜੀ, ਸਾਰਾ ਕੁਝ ਡਿਸਕਲੋਜ਼ਡ ਹੈ, ਤੁਸੀਂ ਪਲੀਜ਼ ਆਪਣੇ ਏਜੰਟ ਦੇ ਨਾਲ ਸ਼ੀਸ਼ੇ ਵਾਂਗੂ ਸਾਫ਼ ਰਹੋ ਜੀ, ਤੁਸੀਂ ਜੋ ਵੀ ਸਵਾਲ ਕਰਨਾ ਚਾਹੁੰਦੇ ਹੋ ਆਪਣੇ ਏਜੰਟ ਦੇ, ਅਤੇ ਏਜੰਟਸ ਦੀ ਵੀ ਡਿਊਟੀ ਇਹ ਹੈ ਕਿ ਕਮਿਸ਼ਨ ਨਾ ਦੇਖਣ, ਸਾਹਮਣੇ ਪੈਸੇ ਮਿਲ ਰਹੇ ਆ, ਕਲਾਇੰਟ ਨੂੰ ਵੀ ਉਨੀ ਹੀ ਕਸਟਮਰ ਸਰਵਿਸ ਦੇਵੇ। ਆਲਰਾਈਟ ਜੋਲ ਸਾਹਿਬ, ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਫੋਨ ਨੰਬਰ ਜੋਲ ਸਾਹਿਬ ਦਾ ਨੋਟ ਕਰ ਲਓ ਸਾਰੇ ਜਾਣੇ, ਤੁਸੀਂ ਵਟਸਐਪ ਗਰੁੱਪ ਦੇ ਵਿੱਚ ਗੱਲਬਾਤ ਕਰਨਾ ਚਾਹੁੰਦੇ ਹੋ ਜੋਲ ਸਾਹਿਬ ਦੇ ਨਾਲ, ਤਾਂ 416-895-3784, 416-895-3784। ਜੋਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੋਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।